ਸਤਿ ਸ਼੍ਰੀ ਅਕਾਲ ਐਸਐਮ ਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ। ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ। ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦੇ ਜੇਤੂਆਂ ਦੇ ਲਈ ਨਾਮੀ ਰਾਸ਼ੀ ਕੀਤੀ ਗਈ ਜਾਰੀ, ਸੀਐਮ ਮਾਨ ਨੇ ਦਿੱਤੀ ਜਾਣਕਾਰੀ। ਪੰਜਾਬ 'ਚ ਮੁੜ ਪੈਦਾ ਹੋ ਸਕਦਾ ਹੈ ਪੈਟਰੋਲ ਸੰਕਟ, ਵੱਡਾ ਚੱਕਾ ਜਾਮ ਕਰਨ ਦਾ ਐਲਾਨ। ਟਰੱਕ ਡਰਾਈਵਰਾਂ ਦੀ ਸਰਕਾਰ ਦੇ ਨਾਲ ਮੀਟਿੰਗ ਰਹੀ ਬੇਸਿੱਟਾ। ਮੋਗਾ ਤੋਂ ਆਪਦੀ ਮਹਿਲਾ ਵਿਧਾਇਕ ਨੂੰ ਆਪਣੇ ਪੀਏ ਨੂੰ ਧਮਕੀ ਦੇਣਾ ਪੈ ਸਕਦਾ ਹੈ ਮਹਿੰਗਾ। ਪੀਏ ਦੀ ਸ਼ਿਕਾਇਤ ਤੋਂ ਬਾਅਦ ਲੋਕਪਾਲ ਨੇ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਕੀਤਾ ਤਲਬ। ਪੰਜਾਬ 'ਚ ਨਸ਼ਾ ਬਣਿਆ ਨਾਸੂਰ, ਲੁਧਿਆਣੇ 'ਚ ਨਸ਼ੇ ਦੀ ਓਵਰਡੋਜ਼ ਦੇ ਨਾਲ 23 ਸਾਲਾਂ ਵਿਅਕਤੀ ਦੀ ਹੋਈ ਮੌਤ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ। ਹੁਸ਼ਿਆਰਪੁਰ ਵਾਲਿਆਂ ਨੂੰ ਅੱਜ ਕੋਰੋਨਾ ਦੇ ਗੱਫੇ ਦੇਣਗੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ। ਸੜਕਾਂ ਵੀ ਬਣਨਗੀਆਂ 4-ਲੇਨ। ਬਠਿੰਡਾ 'ਚ ਨਸ਼ਾ ਖਿਲਾਫ਼ ਪੁਲਿਸ ਦੀ ਕਾਰਵਾਈ ਜਾਰੀ, ਨਸ਼ਾ ਤਸਕਰ ਦੀ 58 ਲੱਖ ਦੀ ਜਾਇਦਾਦ ਕੀਤੀ ਗਈ ਜ਼ਬਤ। 3 ਫਰਵਰੀ ਤੋਂ NRI ਮਿਲਣੀ ਦੇ ਸਮਾਰੋਹ ਹੋਣਗੇ ਸ਼ੁਰੂ। 11 ਜਨਵਰੀ ਤੋਂ 30 ਜਨਵਰੀ ਤੱਕ ਆਨਲਾਈਨ ਦਰਜ ਹੋਣਗੀਆਂ ਸ਼ਿਕਾਇਤਾਂ। ਕੋਟਕਪੁਰਾ 'ਚ 200 ਫੁੱਟ ਉੱਚੇ ਟਾਵਰ 'ਤੇ ਚੜਿਆ ਵਿਅਕਤੀ, ਹਿੱਟ ਐਂਡ ਰਨ ਕਾਨੂੰਨ ਦਾ ਕੀਤਾ ਵਿਰੋਧ, ਛਾਲ ਮਾਰਨ ਦੀ ਦਿੱਤੀ ਧਮਕੀ। ਲੁਧਿਆਣਾ 'ਚ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੀ ਹੁਣ ਖੈਰ ਨਿਸ਼। ਮੁਹਿੰਮ ਦੇ ਤਹਿਤ ਬੁਲਟ ਦੇ ਪਟਾਕੇ ਪਾਉਣ ਵਾਲੇ 'ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ। ਅੰਮ੍ਰਿਤਸਰ 'ਚ ਮਾਲ ਵਿਭਾਗ ਦੇ ਦਫ਼ਤਰ ਤੋਂ 228 ਇੰਤਕਾਲ ਗਾਇਬ, ਵੱਡੇ ਗੋਲਮਾਲ ਦਾ ਸ਼ੱਕ। DC ਨੇ DRO ਨੂੰ ਦਿੱਤੇ ਜਾਂਚ ਦੇ ਹੁਕਮ। GNDU ਨੇ 25ਵੀਂ ਵਾਰ ਜਿੱਤੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ। ਰਾਸ਼ਟਰਪਤੀ ਦੇ ਵੱਲੋਂ ਦੇਸ਼ ਦੀ ਖੇਡਾਂ ਦਾ ਸਰਵੋੱਚ ਐਵਾਰਡ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੂੰ ਕੀਤਾ ਗਿਆ ਪ੍ਰਦਾਨ। ਜ਼ਿਲ੍ਹਾ 'ਚ ਪੁਲਿਸ ਦੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਫਾਇਰਿੰਗ ਦੌਰਾਨ 2 ਨਸ਼ਾ ਤਸਕਰ ਹੋਏ ਢੇਰ, 1 ਨਸ਼ਾ ਤਸਕਰ ਹੋਇਆ ਜ਼ਖਮੀ। ਅੰਡੇਮਾਨ ਨਿਕੋਬਾਰ ਦੀਪ 'ਚ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ 'ਤੇ 4.1 ਮਾਪੀ ਗਈ ਤੀਬਰਤਾ। ਸੁਨਹਿਰੀ ਦਰਵਾਜ਼ਿਆਂ ਦੇ ਨਾਲ ਸੱਜਿਆ ਰਾਮ ਮੰਦਿਰ, ਪਹਿਲੀ ਤਸਵੀਰ ਆਈ ਸਾਹਮਣੇ। 15 ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ ਸਾਰਾ ਕੰਮ। ਨੋਇਡਾ 'ਚ ਕ੍ਰਿਕਟ ਪਿੱਚ 'ਤੇ ਅਚਾਨਕ ਡਿੱਗਿਆ ਬੱਲੇਬਾਜ਼, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ। ਦਿਲ ਦੇ ਲਈ ਬੜੀ ਖੁਸ਼ਖਬਰੀ, ਦੇਸ਼ 'ਚ ਮਿਲਿਆ ਤੇਲ ਦਾ ਭੰਡਾਰ। ਕੱਚੇ ਤੇਲ ਦੀ ਦਰਾਮਦ 'ਤੇ 84% ਘਟੇਗੀ ਨਿਰਭਰਤਾ। ਕੈਨੇਡਾ ਤੋਂ ਆਈ ਵੱਡੀ ਖ਼ਬਰ, ਕੈਨੇਡਾ ਦੇ 40% ਭਾਰਤੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਕੀਤੀਆਂ ਗਈਆਂ ਰੱਦ। ਨੈਨਾ ਸਿੰਘ ਨੇ ਰਚਿਆ ਵੱਡਾ ਇਤਿਹਾਸ, ਅਮਰੀਕੀ ਸ਼ਹਿਰ ਮਿੰਟ ਗੁਮਰੀ ਦੀ ਪਹਿਲੀ ਬਣੀ ਸਿੱਖ ਮੇਅਰ। ਕੈਨੇਡਾ ਦੇ ਅਲਬਰਟਾ ਸੂਬੇ ਕੈਲਗਰੀ ਦੇ ਵਿੱਚ ਗੁਰਦੁਆਰੇ ਦਾ ਬਾਹਰ ਪ੍ਰਦਰਸ਼ਨ ਦੌਰਾਨ ਹੋਈ ਝੜਪ, 2 ਜਣੇ ਹੋਏ ਜ਼ਖਮੀ। ICC ਟੈਸਟ ਚੈਕਿੰਗ 'ਚ ਵਿਰਾਟ ਦਾ ਜਲਵਾ, ਬਾਬਰ ਅਜ਼ਮ ਨੂੰ ਛੱਡਿਆ ਪਿੱਛੇ, ਰੋਹਿਤ ਦੀ ਟੌਪ 10 ਦੇ ਵਿੱਚ ਹੋਈ ਐਂਟਰੀ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ, ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਦੇ ਨਾਲ। ਬਣੇ ਰਹੋ SMZ ਨਿਊਜ਼ ਦੇ ਨਾਲ।